ਦੋਸਤੋ ਲੋਕਵਾਜ ਟੀਵੀ ਨਾਲ ਜੁੜੇ ਹੋ ਤਾਂ ਅੱਜ ਤੁਹਾਨੂੰ ਇੱਕ ਸਰਕਾਰਾਂ ਦਾ ਦੋਗਲਾਪਨ ਦਿਖਾਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਅਸੀਂ ਦੱਸ ਦਈਏ ਕਿ ਅਸੀਂ ਇਸ ਵਕਤ ਜਿਹੜਾ ਬਾਦਲ ਪਿੰਡ ਜੋ ਲੰਬੀ ਹਲਕੇ ਦੇ ਵਿੱਚ ਬਾਦਲ ਪਿੰਡ ਹੈ ਜਿਹਦੇ ਨਾਮ ਨਾਲ ਪੰਜਾਬ ਦੇ ਪੰਜ ਵਾਰ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਅਗਰ ਜੋ ਸ਼ਬਦ ਲੱਗਦਾ ਉਹ ਇਸੇ ਪਿੰਡ ਦਾ ਹੀ ਲੱਗਦਾ ਕਿ ਉਹ ਬਾਦਲ ਪਿੰਡ ਦੇ ਰਹਿਣ ਵਾਲੇ ਐਸ ਕਰਕੇ ਉਹ ਲਗਾਉਂਦੇ ਨੇ ਪ੍ਰਕਾਸ਼ ਸਿੰਘ ਬਾਦਲ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਤਾਂ ਉਹਨਾਂ ਦੇ ਪਿੰਡ ਖੜੇ ਆ ਉਹਨਾਂ ਦੇ ਪਿੰਡ ਖੜੇ ਆ ਤਾਂ ਤੁਹਾਨੂੰ ਹਸਪਤਾਲ ਦਿਖਾਉਣੇ ਆ ਸਭ ਤੋਂ ਪਹਿਲਾਂ ਸਿਵਲ ਹਸਪਤਾਲ ਬਾਦਲ ਇੱਕ ਪਿੰਡ ਦੇ ਵਿੱਚ ਸਿਵਲ ਹਸਪਤਾਲ ਤੁਸੀਂ ਦੇਖਿਆ ਹੋਣਾ ਕਿ ਪਿੰਡਾਂ 'ਚ ਡਿਸਪੈਂਸਰੀਆਂ ਜ਼ਰੂਰ ਹੁੰਦੀਆਂ ਪਰ ਇੱਕ ਪਿੰਡ ਦੇ ਵਿੱਚ ਸਿਵਲ ਹਸਪਤਾਲ ਹੋਣਾ ਵੱਡੀ ਗੱਲ ਹੈ ਦੂਜੇ ਪਾਸੇ ਤੁਸੀਂ ਦੇਖੋ ਕਿ ਇੱਕ ਇੱਕ ਹਲਕੇ ਦੇ ਵਿੱਚ ਬਾਕੀ ਹਲਕਿਆਂ 'ਚ ਚਲੇ ਜਾਓ ਇੱਕ ਇੱਕ ਹਲਕੇ ਦੇ ਵਿੱਚ ਇੱਕ ਇੱਕ ਸਿਵਲ ਹਸਪਤਾਲ ਵੀ ਹੈ ਨਹੀਂ ਇੱਕ ਪਿੰਡ ਦੀ ਗੱਲ ਕਰਦਾ ਮੈਂ ਪੂਰੇ ਹਲਕੇ ਦੇ ਵਿੱਚ ਇਹਦੇ ਵਿੱਚ ਘੱਟੋ ਘੱਟ 85 ਪੰਚਾਇਤਾਂ ਪੈਂਦੀਆਂ ਹੁੰਦੀਆਂ 50 ਤੋਂ ਉੱਤੇ ਪਿੰਡ ਪੈਂਦੇ ਹੁੰਦੇ ਆ ਉੱਥੇ ਇੱਕ ਸਿਰਫ ਤੇ ਸਿਰਫ ਇੱਕ ਸਿਵਲ ਹਸਪਤਾਲ ਨਹੀਂ ਹੁੰਦਾ ਇਹ ਚੀਜ਼ ਕਰਦੀਆਂ ਸਰਕਾਰਾਂ ਕਿਉਂਕਿ ਇੱਥੇ ਆਪਦੇ ਪਿੰਡਾਂ ਦੇ ਵਿੱਚ ਇਹ ਚੀਜ਼ ਕਰਨੀ ਤੇ ਦੂਜੇ ਪਿੰਡਾਂ ਦੇ ਨਾਲ ਦੂਜੇ ਹੜਕਿਆਂ ਦੇ ਨਾਲ ਜਿਹੜਾ ਰਵਈਆ ਇਹ ਰੱਖਣਾ ਕਿ ਉਹਨਾਂ ਦੇ ਵਿੱਚ ਵਿਕਾਸ ਨਾ ਕਰਾਉਣਾ ਤੇ ਆਪਣੇ ਦੇ ਵਿੱਚ ਇਹ ਵਿਕਾਸ ਕਰਵਾਉਣਾ ਇਹ ਵੀ ਇੱਕ ਦੋਗਲਾ ਚਿਹਰਾ ਹੈ ਸਿਵਲ ਹਸਪਤਾਲ ਦੇ ਵਿੱਚ ਅਸੀਂ ਗੱਲਬਾਤ ਕੀਤੀ ਪੰਜ ਡਾਕਟਰ ਇੱਥੇ ਬੈੰਦੇ ਆ ਜੋ ਓਪੀਡੀ ਦੇਖਦੇ ਆ ਕੁਝ ਡਾਕਟਰ ਏਮਜ਼ ਤੋਂ ਆਉਂਦੇ ਆ ਤੇ ਆ ਜਿਹੜਾ ਤੁਸੀਂ ਪਾਮ ਟਰੀ ਹਸਪਤਾਲ 'ਚ ਦੇਖ ਰਹੇ ਹੋ ਇਹ ਤੁਹਾਨੂੰ ਬਾਹਰ ਵੀ ਦਿਖਾਉਨੇ ਆ ਪੱਖਪਾਤ ਦਿਖਾਉਨੇ ਆ ਕਿ ਕਿਵੇਂ ਜਿਹੜੇ ਰਾਜਨੀਤਿਕ ਲੋਗ ਹੈ ਇਹ ਆਪਦੇ ਇਲਾਕਿਆਂ ਦੇ ਵਿੱਚ ਆਪਦੇ ਏਰੀਆ ਦੇ ਵਿੱਚ ਸਿਰਫ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਕਿ ਕੱਲ ਨੂੰ ਸਾਡਾ ਇੱਕ ਹਲਕਾ ਫਿਕਸ ਹੋਵੇ ਤਾਂ ਉੱਥੇ ਇਹ ਤੁਸੀਂ ਦੇਖੋ ਇੱਕ ਪਿੰਡ ਨੂੰ ਆ ਜਿਹੜੀ ਰੋਡ ਦੇਖ ਰਹੇ ਹਾਂ ਇਹ ਇੱਕ ਪਿੰਡ ਨੂੰ ਜਾਣ ਵਾਲੀ ਰੋਡ ਹੈ ਤੇ ਜਿਸ ਤੇ ਪੂਰਾ ਤੁਹਾਨੂੰ ਇਹ ਫੀਲਿੰਗ ਆਵੇਗੀ ਤੁਸੀਂ ਕਿਸੇ NH ਤੇ ਫਿਰ ਰਹੇ ਹੋ ਕਿਸੇ ਨੈਸ਼ਨਲ ਹਾਈਵੇ ਤੇ ਜਾ ਰਹੇ ਹੋ ਇਹ ਫੀਲਿੰਗ ਦਵਾਵੇਗੀ ਤੁਹਾਨੂੰ ਇਸ ਸੜਕ ਤਾਂ ਤੁਸੀਂ ਦੇਖੋ ਕਿ ਇੱਕ ਪਿੰਡ ਨੂੰ ਆਉਣ ਵਾਲੀ ਸੜਕ ਇੱਕ ਨੈਸ਼ਨਲ ਹਾਈਵੇ ਵਰਗੀ ਬਣਾਈ ਹੋਇਆ ਤਾਂ ਤੁਸੀਂ ਵਿੱਚ ਦੇਖ ਸਕਦੇ ਹੋ ਕਿ ਪੂਰੇ ਉਸੇ ਤਰੀਕੇ ਨਾਲ ਦਰਖਤ ਸਾਹਮਣੇ ਲਾਈਟਾਂ ਦੇਖੋ ਕਿਸੇ ਪਿੰਡ ਦੇ ਵਿੱਚ ਕੀ ਤੁਸੀਂ ਕਿਸੇ ਨੈਸ਼ਨਲ ਹਾਈਵੇ ਤੇ ਵੀ ਅਜਿਹੀਆਂ ਲਾਈਟਾਂ ਨਹੀਂ ਦੇਖੀਆਂ ਹੋਣੀਆਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਇਹ ਦੱਸਦਾ ਇਹ ਗੱਲ ਇਹ ਜ਼ਾਹਰ ਕਰਦਾ ਹੈ ਕਿ ਜਿਹੜੇ ਰਾਜਨੀਤਿਕ ਲੋਕ ਹੈ ਖਾਸ ਕਰਕੇ ਮੁੱਖ ਮੰਤਰੀ ਰਹੇ ਆ ਪ੍ਰਕਾਸ਼ ਸਿੰਘ ਬਾਦਲ ਦੋ ਵਾਰ ਪਹਿਲਾਂ ਰਾਜ ਕਰਕੇ ਗਏ ਆ ਤਾਜ਼ਾ ਹੀ ਰਾਜ ਕੀਤਾ ਉਹਨਾਂ ਨੇ ਕਾਂਗਰਸ ਨੂੰ ਸੱਤਾ ਵਿੱਚ ਆਉਣ ਤੋਂ ਪਹਿਲਾਂ ਤਾਂ ਉਹਨਾਂ ਨੇ ਆਪਣੇ ਪਿੰਡ ਤੇ ਸਭ ਕੁਝ ਲਗਾ ਦਿੱਤਾ ਪਰ ਬਾਕੀ ਪਿੰਡਾਂ ਨਾਲ ਦੁਰਵਿਹਾਰ ਕਿਉਂ ਆ ਸਾਹਮਣੇ ਤੁਸੀਂ ਪਾਮ ਟਰੀ ਦੇਖ ਰਹੇ ਹੋ ਇਹ ਟਰੀ ਇੱਥੇ ਸੜਕਾਂ ਦੇ ਉੱਤੇ ਲੱਗੇ ਹੋਏ ਵਾ ਤੇ ਇਹ ਟਰੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਾਮ ਟਰੀ ਇੱਕ ਸ਼ਾਹੀ ਦਰਖਤ ਵਜਦਾ ਜਿਹਦੇ ਘਰੇ ਲੱਗਿਆ ਹੋਵੇ ਉਹਦੇ ਘਰ ਨੂੰ ਦੇਖਣ ਤੋਂ ਹੀ ਪਤਾ ਲੱਗ ਜਾਂਦਾ ਕਿ ਕੋਈ ਅਮੀਰ ਵਿਅਕਤੀ ਦਾ ਘਰ ਹੈ ਕਿਉਂਕਿ ਮਾੜਾ ਬੰਦਾ ਇਹਨੂੰ ਅਫੋਰਡ ਨਹੀਂ ਕਰ ਸਕਦਾ ਮਾੜਾ ਬੰਦਾ ਇਹਨੂੰ ਅਫੋਰਡ ਨਹੀਂ ਕਰ ਸਕਦਾ ਆ ਪਾਮ ਟਰੀ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਈਏ ਚੰਗੀ ਤਰ੍ਹਾਂ ਉਹ ਤੁਸੀਂ ਦੇਖੋ ਸੜਕਾਂ ਦੇ ਆਸ-ਪਾਸੇ ਲੱਗੇ ਹੋਏ ਆ ਤਾ ਇਹ ਇਹ ਅਜਿਹੀ ਤਸਵੀਰ ਦਿਖਾਉਣ ਦਾ ਮਕਸਦ ਇਹ ਹੈ ਕਿ ਤੁਸੀਂ ਦੇਖੋ ਕਿ ਸਾਡੀਆਂ ਰੂੜਾਂ ਸਾਡੀਆਂ ਸੜਕਾਂ ਸਾਡੇ ਕੋਲ ਨਹੀਂ ਸਾਡੇ ਕੋਲ ਹਸਪਤਾਲ ਨਹੀਂ ਸਾਡੇ ਕੋਲ ਜਿਹੜੀਆਂ ਲਾਈਟਾਂ ਦੇ ਪ੍ਰਬੰਧ ਨਹੀਂ ਕਿਉਂਕਿ ਸਾਡੀਆਂ ਕੁ ਲੜਕੀਆਂ ਰਾਤ ਨੂੰ ਬਾਹਰ ਨਿਕਲਣਾ ਹੁੰਦਾ ਸਿਕਿਉਰਟੀ ਨਹੀਂ ਤਾਂ ਇੱਕ ਪਿੰਡ ਦੇ ਵਿੱਚ ਅਜਿਹਾ ਕੁਝ ਹੋ ਜਾਣਾ ਇੱਕ ਪਿੰਡ ਦੇ ਵਿੱਚ ਐਡਾ ਵੱਡਾ ਹਸਪਤਾਲ ਹੋਣਾ ਅਸੀਂ ਨਹੀਂ ਕਹਿੰਦੇ ਇਹ ਮਾੜਾ ਪਰ ਅਸੀਂ ਕਹਨੇ ਆ ਬਾਕੀ ਹੜਕਿਆਂ ਦੇ ਵਿੱਚ ਕਿਉਂ ਨਹੀਂ ਐ ਬਾਕੀ ਹੜਕਿਆਂ ਨਾਲ ਦੁਰਵਿਹਾਰ ਕਿਉਂ ਐ ਬਾਕੀ ਹੜਕਿਆਂ ਨਾਲ ਅਜਿਹਾ ਵਤੀਰਾ ਕਿਉਂ ਐ ਤੁਸੀਂ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਹੋ ਅੱਜ ਵੀ ਵੋਟਾਂ ਮੰਗ ਰਹੇ ਹੋ ਅੱਜ ਵੀ ਤੁਸੀਂ ਜਗਾ ਜਗਾ ਜਾ ਰਹੇ ਹੋ ਕਿ ਮੈਨੂੰ ਵੋਟ ਪਾਓ ਪਰ ਤੁਹਾਨੂੰ ਵੋਟਾਂ ਤਾਂ ਲੋਕ ਤਾਂ ਹੀ ਪਾਉਣਗੇ ਜੇ ਤੁਸੀਂ ਸਾਰਿਆਂ ਨਾਲ ਅਜਿਹਾ ਇਹ ਮਾਡਲ ਬਣਾਇਆ ਤੁਸੀਂ ਬਾਦਲ ਪਿੰਡ ਦਾ ਮਾਡਲ ਜੇ ਤੁਸੀਂ ਕੱਲੇ ਕੱਲੇ ਪਿੰਡ 'ਚ ਲਾਗੂ ਕਰੋ ਤਾਂ ਲੋਕ ਤੁਹਾਨੂੰ ਮੰਨਣ ਪਰ ਸਾਡੇ ਲਈ ਤੁਸੀਂ ਦੇਖੋਗੇ ਸਾਡੀਆਂ ਸੜਕਾਂ ਤੇ ਇੱਥੋਂ ਦੀਆਂ ਸੜਕਾਂ ਦੇ ਵਿੱਚ ਕੀ ਫਰਕ ਹੈ ਹੋਰ ਵੀ ਤੁਹਾਨੂੰ ਦਿਖਾਉਣੇ ਆ ਕਿ ਕੀ ਕੁਝ ਇੱਥੇ ਵੱਖਰਾ ਹੈ ਜਿਹੜਾ ਤੁਹਾਡੇ ਕੋਲ ਨਹੀਂ ਹੈ ਤਾਂ ਹੁਣ ਤੁਹਾਨੂੰ ਉਹ ਚੀਜ਼ ਦਿਖਾਵਾਂਗੇ ਜੇਕਰ ਇਹ ਚੀਜ਼ਾਂ ਪੰਜਾਬ ਪੱਧਰ ਦੇ ਉੱਤੇ ਅਸੀਂ ਕਹਿੰਦੇ ਨਹੀਂ ਕਿ ਕੱਲੇ-ਕੱਲੇ ਪਿੰਡ 'ਚ ਜੇ ਹਲਕੇ ਵਾਈਜ਼ ਵੀ 117 ਹਲਕਿਆਂ 'ਚ ਵੀ ਲੱਗ ਜਾਣ ਤਾਂ ਕਿੰਨੀ ਤਕਦੀਲੀ ਕਿੰਨਾ ਰੋਜ਼ਗਾਰ ਕਿੰਨੇ ਕਾਰੋਬਾਰ ਚੱਲ ਸਕਦੇ ਆ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਕਿਨੂ ਵੈਕਸਿੰਗ ਅਤੇ ਗ੍ਰੇਡਿੰਗ ਸੈਂਟਰ ਕੋਲਡ ਸਟੋਰ ਅਤੇ ਪੈਕ ਹਾਊਸ ਬਾਦਲ ਮਤਲਬ ਇੱਥੇ ਕਿਨੂ ਦੇ ਵੈਕਸੀਨ ਵੀ ਹੁੰਦੀ ਹੈ ਉਹ ਤੇ ਜਿਹੜੀ ਮੋਮ ਚੜਦੀ ਆ ਉਹ ਵੀ ਚੜਦੀ ਆ ਉਸ ਤੋਂ ਬਾਅਦ ਕੋਲਡ ਸਟੋਰ ਵੀ ਆ ਤਾਂ ਇੱਕ ਸਰਕਾਰੀ ਤੁਸੀਂ ਦੇਖੋ ਜੇ ਸਰਕਾਰੀ ਚੀਜ਼ਾਂ ਕਾਮਯਾਬ ਕਰਨੀਆਂ ਤਾਂ ਸਭ ਕੁਝ ਹੋ ਸਕਦਾ ਇੱਥੇ ਵਾਪਰ ਸਕਦਾ ਚੀਜ਼ਾਂ ਇੱਥੇ ਬਾਦਲ ਪਿੰਡ ਦੇ ਵਿੱਚ ਮੌਜੂਦ ਹੈ ਤਾਂ ਇਹਨਾਂ ਚੀਜ਼ਾਂ ਦੀ ਕਿਤੇ ਨਾ ਕਿਤੇ ਪੂਰੇ ਪੰਜਾਬ ਵਿੱਚ ਜੇ ਇਹ ਚੀਜ਼ਾਂ ਜਾਂਦੀਆਂ ਜੇ ਪੂਰੇ ਪੰਜਾਬ ਨੂੰ ਇਹਨਾਂ ਚੀਜ਼ਾਂ ਨਾਲ ਲੈ ਕੇ ਆਇਆ ਜਾਂਦਾ ਤਾਂ ਕਿੰਨਾ ਵਿਕਾਸ ਹੋਵੇਗਾ ਕਿੰਨੀ ਅੱਗੇ ਤਰੱਕੀ ਹੋਵੇਗੀ ਪਰ ਤੁਸੀਂ ਇੱਕ ਦੇਖੋ ਕਿ ਪੰਜ ਵਾਰ ਦੇ ਰੇ ਮੁੱਖ ਮੰਤਰੀ ਵੱਲੋਂ ਆਪਣੇ ਪਿੰਡ ਦੇ ਵਿੱਚ ਆਪਣੇ ਖਾਸ ਕਰਕੇ ਆਪਣੇ ਜਿੱਥੇ ਰਹਿੰਦੇ ਆ ਰਹਾਇਸ਼ ਆਫਸ ਪਿੰਡ ਦੇ ਵਿੱਚ ਤਾਂ ਇੰਨਾ ਵਿਕਾਸ ਕੀਤਾ ਪਰ ਬਾਕੀ ਪਿੰਡਾਂ ਵੱਲ ਧਿਆਨ ਕਿਉਂ ਨਹੀਂ ਬਾਕੀ ਪਿੰਡਾਂ ਦੇ ਨਾਲ ਜਿਹੜਾ ਅਜਿਹਾ ਵਤੀਰਾ ਕਿਸ ਗੱਲ ਦਾ ਅਜਿਹੀ ਗੱਲ ਕਿਉਂ ਕੀਤੀ ਜਾਂਦੀ ਹੈ ਇਹ ਇੱਕ ਸਵਾਲ ਹੈ ਕਿਉਂਕਿ ਮਤੇਈ ਮਾਂ ਵਾਲਾ ਵਤੀਰਾ ਹੁੰਦਾ ਬਾਕੀ ਜਗ੍ਹਾ ਦੇ ਉੱਤੇ ਤਾਂ ਇੱਕ ਆ ਤੁਸੀਂ ਹੋਰ ਦਿਖਾ ਦਿੰਨੇ ਤੁਹਾਨੂੰ ਕਿ ਜਗ੍ਹਾ-ਜਗ੍ਹਾ ਤੁਹਾਨੂੰ ਅੱਖਰੀਆਂ ਚੀਜ਼ਾਂ ਮਿਲਣਗੀਆਂ ਜਿਹੜੀਆਂ ਤੁਸੀਂ ਪੰਜਾਬ 'ਚ ਕਿਸੇ ਕੀ ਤੁਹਾਨੂੰ ਸ਼ਹਿਰਾਂ ਦੇ ਵਿੱਚ ਨਹੀਂ ਪੜਨ ਮਿਲਦੀਆਂ ਇੱਕ ਆ ਦਫ਼ਤਰ ਦੇਖੋ ਮਿੱਟੀ ਪਾਣੀ ਪੱਤਾ ਪਰਖ ਅਤੇ ਪੌਦਾ ਸੁਰੱਖਿਆ ਲੈਬਾਰਟਰੀ ਸਟੇਟ ਬਾਗਲ ਦਫ਼ਤਰ ਬਾਗਬਾਨੀ ਕਿੰਨਾ ਕੁਸ਼ ਇਸ ਦੇ ਸੱਤ ਦੇ ਸਰਪ ਇਸੇ ਕਰਕੇ ਕਿ ਇਹ ਪਿੰਡ ਬਾਦਲਾ ਦਾ ਹੈ ਇਹ ਪਿੰਡ ਉਸ ਪਰਿਵਾਰ ਦਾ ਹੈ ਜਿਹਦੀ ਸੱਤਾ ਦੇ ਉੱਤੇ ਕਾਬਜ਼ ਰਿਹਾ ਹੈ ਜਿਨ੍ਹਾਂ ਦੇ ਪਰਿਵਾਰ ਦੇ ਵਿੱਚੋਂ ਮੰਤ ਮੁੱਖ ਮੰਤਰੀ ਉਪ ਮੁੱਖ ਮੰਤਰੀ ਕੈਬਨਟ ਮੰਤਰੀ ਸੈਂਟਰ ਦੇ ਕੈਬਨਟ ਮੰਤਰੀ ਹੋ ਰਹੇ ਤਾਂ ਇਹ ਦੋਗਲੀਆਂ ਨੀਤੀਆਂ ਦਿਖਾਉਣ ਵਾਸਤੇ ਅਸੀਂ ਇੱਥੇ ਪਹੁੰਚੇ ਸੀ ਆਹ ਵੇਖੋ ਫਿਰ ਉਹੀ ਗੱਲ ਆ ਜਾਂਦੀ ਹੈ ਐਡੇ ਐਡੇ ਪਾਮ ਟਰੀ ਇੱਥੇ ਲੱਗੇ ਹੋਏ ਤੁਸੀਂ ਪਿੰਡ ਦੇ ਵਿੱਚ ਉਹ ਦਰਖਤ ਦੇ ਜਿਹੜਾ ਦਰਖਤ ਤੁਹਾਨੂੰ ਆਮ ਕਿਤੇ ਵੀ ਨਹੀਂ ਮਿਲਣਾ ਮਹਿੰਗੇ ਮਹਿੰਗੇ ਦਰਖਤ ਸਭ ਕੁਝ ਇਹ ਸੜਕਾਂ ਗੁਵਾਈ ਭਰਦੀਆਂ ਕਿ ਜੇ ਲੀਡਰ ਚਾਹਣ ਜੇ ਨiyet ਸਿੱਧੀ ਹੋਵੇ ਤਾਂ ਕਿੰਨਾ ਬਦਲਾ ਹੋ ਸਕਦਾ ਆ ਇੱਕ ਪਿੰਡਰੀ ਮਾਡਲ ਬਣਾ ਲਿਆ ਜਾਵੇ ਆ ਇੱਕ ਪਿੰਡਰੀ ਬਾਦਲ ਸਾਹਿਬ ਇਹੀ ਕਹਿ ਦਨ ਕਿ ਬਾਦਲ ਮਾਡਲ ਲਾਗੂ ਕਰਨਾ ਅਸੀਂ ਸਾਰੇ ਪਿੰਡਾਂ ਦੇ ਵਿੱਚ ਤਾਂ ਲੋੜ ਹੀ ਨਹੀਂ ਲੋਕਾਂ ਨੂੰ ਰੋਜ਼ਗਾਰ ਵੀ ਪਿੰਡ ਦੇ ਵਿੱਚ ਮਿਲ ਜਾਊਗਾ ਲੋਕਾਂ ਦੀ ਖੇਤੀ ਵੀ ਅਨੁਤ ਹੋ ਜਾਊਗੀ ਹੋਰ ਖੁਸ਼ੂ ਬੜਾ ਕੁਝ ਵਿਖਾਉਣਿਆ ਤੁਹਾਨੂੰ ਕਿ ਇੱਕ ਬਾਦਲ ਪਿੰਡ ਦੇ ਵਿੱਚ ਹੋਰ ਕਿੰਨਾ ਕੁਝ ਆਏ ਆ ਨਜ਼ਰ ਪੈ ਰਹੀ ਹੈ ਜੋ ਲਿਖਿਆ ਤਾਂ ਨਜ਼ਰ ਧਿਆਨ ਨਾ ਮਾਰਿਓ ਹੁਣ ਹੋਰ ਤੁਹਾਨੂੰ ਚੰਗੀ ਤਰ੍ਹਾਂ ਦੇਖਣਾ ਪੈਣਾ ਹੈ ਵੀ ਇਹ ਬਾਦਲ ਪਿੰਡ ਦਾ ਖੇਡ ਸਟੇਡੀਅਮ ਹੈ ਪੂਰੇ ਪੰਜਾਬ ਦੇ ਵਿੱਚ ਹੋ ਸਕਦਾ ਵੀ ਇਹਦੇ ਨਾਲ ਦਾ ਖੇਡ ਸਟੇਡੀਅਮ ਨਾ ਹੋਵੇ ਜਿਹੜਾ ਕਿ ਇੱਕ ਪਿੰਡ ਦੇ ਵਿੱਚ ਹੈ ਤੁਸੀਂ ਜ਼ਿਲ੍ਹਿਆਂ ਦੇ ਸਟੇਡੀਅਮ ਜਿਹੜੇ ਖੇਡ ਸਟੇਡੀਅਮ ਹੈ ਉਹ ਵੀ ਦੇਖੇ ਹੋਣਗੇ ਤੁਸੀਂ ਸਟੇਟ ਦੇ ਖੇਡਿਆ ਸਟੇਡੀਅਮ ਹੈ ਜਿਹੜੇ ਉਹ ਵੀ ਦੇਖੇ ਹੋਣਗੇ ਪਰ ਅੱਜ ਤੁਹਾਨੂੰ ਇੱਕ ਪਿੰਡ ਦਾ ਖੇਡ ਸਟੇਡੀਅਮ ਦਿਖਾਉਣੇ ਆ ਤੇ ਇਹ ਨਾਲ ਇਹ ਵੀ ਦਿਖਾਵਾਂਗੇ ਕਿ ਇਹ ਚੀਜ਼ਾਂ ਫਿਰ ਆਮ ਲੋਕਾਂ ਤੋਂ ਆਮ ਹਲਕਿਆਂ ਤੋਂ ਦੂਜੇ ਹਲਕਿਆਂ ਤੋਂ ਕਿਉਂ ਪਾਸੇ ਐ ਉਹਨਾਂ ਲਈ ਇਹ ਕਿਉਂ ਨਹੀਂ ਬਣੀਆ ਤਾਂ ਆਜੋ ਆਪਾਂ ਦੇਖਦੇ ਆਂ ਅੰਦਰ ਜੇ ਕਿਸੇ ਨੇ ਨਾਂ ਰੋਕਿਆ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਜਦੋਂ ਦਿਖਾਉਣ ਜਾਵੜੀਏ ਰੋਕ ਵੀ ਲੈਂਦੇ ਆ ਤਾਂ ਆਪਾਂ ਇਸ ਚੀਜ਼ ਨੂੰ ਦਿਖਾਉਣੇ ਆ ਤਾਂ ਇਹ ਪਿੰਡ ਬਾਦਲ ਦਾ ਖੇਡ ਸਟੇਡੀਅਮ ਹੈ ਤਾਂ ਇੱਥੇ ਤੁਸੀਂ ਦੇਖੋ ਬਾਸਕਟਬਾਲ ਹੈ ਬੱਚੇ ਖੇਡ ਰਹੇ ਆ ਇਹ ਵੀ ਤਸਵੀਰ ਦੇਖਣ ਵਾਲੀ ਆ ਦੂਜੇ ਪਾਸੇ ਖੇਡ ਰਹੀਆਂ ਉਹ ਆਪਣੀ ਕੋਈ ਵਾਲੀਬਾਲ ਆ ਉਹ ਖੇਡ ਰਹੇ ਆ ਤਾਂ ਆ ਹਾਲ ਆ ਗਿਆ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਾਲ ਆ ਗਿਆ ਸਾਰੇ ਪਾਸੇ ਹਾਲ ਦੇ ਵਿੱਚ ਵੀ ਜਿਹੜੇ ਏਸੀ ਵਗੈਰਾ ਲਗਾਏ ਹੋਏ ਐ ਤਾਂ ਬਾਕੀ ਤੁਸੀਂ ਕਿਸੇ ਸਟੇਡੀਅਮ ਦੇ ਵਿੱਚ ਚਲੇ ਜਾਓ ਤੁਹਾਨੂੰ ਸਟੇਡੀਅਮ ਦੇ ਵਿੱਚ ਮਿੱਟੀ ਵੀ ਨਹੀਂ ਮਿਲਣੀ ਰੋੜੇ ਮਿਲ ਲੰਗੇ ਪੱਥਰ ਮਿਲ ਲੰਗੇ ਜਿੱਥੇ ਭੱਜਣਾ ਹੁੰਦਾ ਤਾਂ ਆ ਹਾਲ ਤੁਸੀਂ ਦੇਖ ਰਹੇ ਹੋ ਕਿੱਡਾ ਵੱਡਾ ਹਾਲ ਐ ਪੂਰਾ ਪ੍ਰਬੰਧ ਐ ਇਹਦਾ ਵੀ ਤੁਹਾਨੂੰ ਦਿਖਾ ਦਿੰਨਾ ਇਹ ਕਦੋਂ ਬਣਿਆ ਇਹ ਇਹ 2014 ਦੇ ਵਿੱਚ ਜਦੋਂ ਸਰਕਾਰ ਸੀ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਉਹਨਾਂ ਵੱਲੋਂ ਜਿਹੜਾ ਇਹ ਬਣਾਇਆ ਗਿਆ ਤਾਂ ਹੁਣ ਅੰਦਰ ਦੀਆਂ ਆਹ ਹਾਲ ਤੁਸੀਂ ਦੇਖ ਰਹੇ ਹੋ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਜਿੱਥੇ ਕਿ ਨੌਜਵਾਨਾਂ ਨੇ ਭੱਜਣਾ ਦੌੜਨਾ ਆਪਣੀ ਪ੍ਰੈਕਟਿਸ ਕਰਨੀ ਹੁੰਦੀ ਹੈ ਦੇਖ ਕੇ ਮੈਨੂੰ ਤਾਂ ਲੱਗਦਾ ਮੈਨੂੰ ਤਾਂ ਇਹ ਲੱਗਣ ਲੱਗ ਗਿਆ ਵੀ ਜਿਵੇਂ ਅਸੀਂ ਕਿਸੇ ਅੰਤਰਫੈਕਟਰੀ ਖੇਡ ਸਟੇਡੀਅਮ ਦੇ ਵਿੱਚ ਆ ਗਏ ਹੋਈਏ ਤਾਂ ਉਹ ਤਸਵੀਰ ਤੁਸੀਂ ਦੇਖ ਰਹੇ ਹੋ ਮੈਟਿੰਗ ਕੀਤੀ ਹੋਈ ਆ ਪੂਰੀ ਪਲੇਅਰ ਦੀ ਕੁਰਸੀਆਂ ਪਿੱਛੇ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾ ਦੇਵੇ ਇੱਕ ਵਾਰੀ ਕਿ ਐਂ ਲੱਗਦਾ ਵੀ ਇੱਥੇ ਕੱਲ ਨੂੰ ਹੋ ਸਕਦਾ ਹੈ ਵੀ ਕਰੈਕਟਰ ਦਾ ਅੰਤਰਰਾਸ਼ਟਰੀ ਮੈਚ ਵੀ ਕਰਾਉਣਾ ਹੋਵੇ ਤਾਂ ਵੀ ਕੋਈ ਪ੍ਰਵਾਹ ਨਹੀਂ ਅਜਿਹਾ ਖੇਡ ਸਟੇਡੀਅਮ ਤਿਆਰ ਕੀਤਾ ਹੋਇਆ ਪਰ ਬਾਕੀ ਪੰਜਾਬ ਦੇ ਵਿੱਚ ਅਜਿਹਾ ਵਿਖਤਰਾ ਜਿਹੜਾ ਕੀਤਾ ਜਾਂਦਾ ਉਹ ਕਿਉਂ ਕੀਤਾ ਜਾਂਦਾ ਉੱਥੇ ਕਿਉਂ ਨਹੀਂ ਹੈ ਉੱਥੇ ਵੀ ਤਾਂ ਬੱਚੇ ਹੈ ਉੱਥੇ ਵੀ ਤਾਂ ਨੌਜਵਾਨ ਹੈ ਇੱਕ ਪਿੰਡ ਦੇ ਵਿੱਚ ਐਡੇ ਵੱਡੇ ਪੱਧਰ ਦਾ ਸਟੇਡੀਅਮ ਬਣਾਇਆ ਜਾ ਸਕਦਾ ਹੈ ਤਾਂ ਬਾਕੀ ਜ਼ਿਲੇ ਲੈਵਲ ਤੇ ਤੱਕ ਘੱਟੋ-ਗਾਟੇ ਹੋਣਾ ਚਾਹੀਦਾ ਬਹੁਤੇ ਖੇਅ ਸਟੇਡੀਅਮ ਅਜਿਹੇ ਹੈ ਜਿੱਥੇ ਇੱਕ ਵਾਰ ਪਾਣੀ ਭਰ ਜਾਵੇ ਤਾਂ ਉਥੋਂ ਫਿਰ ਪਾਣੀ ਕੱਢਣਾ ਹੀ ਮੁਸ਼ਕਲ ਹੋ ਜਾਂਦਾ ਪਰ ਇਸ ਪਾਣੀ ਦੀ ਤਾਂ ਗੱਲ ਛੱਡੋ ਤੁਸੀਂ ਇੱਕ ਟੰਕਾ ਵੀ ਆ ਤੁਸੀਂ ਦੇਖੋ ਕਿਵੇਂ ਡਰੇਨੇਜ ਸਿਸਟਮ ਡਰੇਨੇਜ ਸਿਸਟਮ ਦਾ ਪੂਰਾ ਪ੍ਰਬੰਧ ਕੀਤਾ ਗਿਆ ਹਰ ਇੱਕ ਚੀਜ਼ ਲਾਈਟਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਉਹ ਪੂਰੇ ਪ੍ਰਬੰਧ ਦੇ ਵਿੱਚ ਹੈ ਹਰ ਇੱਕ ਚੀਜ਼ ਦੇ ਵਿੱਚ ਤੁਸੀਂ ਕਿਸੇ ਵੀ ਸ਼ੈੱਡ ਬਣੇ ਹੋਇਆ ਜਗਾ ਜਗਾ ਬੈਠਣ ਵਾਲਿਆਂ ਦੇ ਲਈ ਇਸ ਤਰ੍ਹਾਂ ਕੁਰਸੀਆਂ ਲੱਗੀਆਂ ਹੋਈਆਂ ਹਰ ਇੱਕ ਤਰ੍ਹਾਂ ਦਾ ਪ੍ਰਬੰਧ ਹੈ ਸਟੇਡੀਅਮ ਦੇ ਰੱਖ-ਰਖਾਵ ਲਈ ਵਿਅਕਤੀ ਵੀ ਖੜੇ ਆ ਉਹ ਵੀ ਇੱਥੇ ਹੈ ਪੇਦ ਭਾਵ ਦੀ ਗੱਲ ਵਾਰ-ਵਾਰ ਆ ਜਾਂਦੀ ਹੈ ਕਿ ਜੇ ਇਹਹੀ ਮਾਡਲ ਆਹੀ ਚੀਜ਼ ਹਰ ਪੰਜਾਬ ਦੇ ਹਰ ਪਿੰਡ ਜਾਂ ਹਰ ਜ਼ਿਲ੍ਹੇ ਦੇ ਵਿੱਚ ਜਾਂ ਹਰ ਹਲਕੇ ਦੇ ਵਿੱਚ ਹੀ ਲਾਗੂ ਕਰ ਦੇਣ ਤਾਂ ਕਿੰਨਾ ਤਰੱਕੀ ਦੇ ਵਿੱਚ ਆ ਸਕਦਾ ਅਸੀਂ ਇਹ ਕਹਨੇ ਆ ਕਿ ਜਦੋਂ ਤੁਸੀਂ ਜਾ ਕੇ ਬਾਦਲ ਸਾਹਿਬ ਜਦੋਂ ਤੁਸੀਂ ਜਾ ਕੇ ਇਹ ਗੱਲ ਕਹਿਣੀ ਹੋ ਕਿ ਅਸੀਂ ਪੰਜਾਬ ਲਈ ਇਹ ਕਰ ਦਾਂਗੇ ਤੁਸੀਂ ਸਿਰਫ ਇੰਨਾ ਹੀ ਕਹ ਆ ਜਾ ਕਰੋ ਕਿ ਬਾਦਲ ਬਾਦਲ ਮਾਡਲ ਲਾਗੂ ਕਰਾਂਗੇ ਆ ਤਸਵੀਰ ਮੈਂ ਕੈਮਰਾਮੈਨ ਨੂੰ ਇੱਕ ਵਾਰ ਜਿਹੜਾ ਟਰੈਕ ਆ ਉਹਦੀ ਕਹੂੰਗਾ ਦਿਖਾ ਦੇਣਾ ਆ ਲੱਗਦਾ ਹੀ ਨਹੀਂ ਕਿ ਪੰਜਾਬ ਦੇ ਵਿੱਚ ਫਿਰਦੇ ਆਂ ਸੀ ਇਹ ਲੱਗ ਰਿਹਾ ਕਿ ਕੋਈ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਅਮਰੀਕਾ ਉਹਦੇ ਸਟੇਡੀਅਮ ਦੇ ਵਿੱਚ ਫਿਰਦੇ ਹੋਈ ਗਏ ਪਰ ਜੇਕਰ ਅਸੀਂ ਤੁਹਾਨੂੰ ਜਿਹੜੇ ਪਿੰਡਾਂ ਦੀਆਂ ਤਸਵੀਰਾਂ ਦਿਖਾ ਦੇਾਂਗੇ ਉੱਥੇ ਜਾ ਕੇ ਫਿਰ ਤੁਹਾਨੂੰ ਇਹ ਲੱਗੇਗਾ ਕਿ ਇਹ ਸਟੇਡੀਅਮ ਹੀ ਨਹੀਂ ਲੱਗਦਾ ਇਹ ਤਾਂ ਐਂ ਲੱਗਦਾ ਕੋਈ ਹੱਡਾ ਰੂੜੀ ਦੇ ਵਿੱਚ ਭਜਨ ਆ ਰਹੇ ਹੋਣ ਤਾਂ ਇਹ ਪੱਖਪਾਤ ਵੱਖਰਾਪਣ ਜਿਹੜਾ ਲੋਕਾਂ ਜਾਂਦਾ ਉਹਦੀ ਇੱਕ ਤਸਵੀਰ ਬੋਲਦੀ ਤਸਵੀਰ ਹੈ ਕਿ ਜਦੋਂ ਸਰਕਾਰਾਂ ਚਾਹਣ ਉਹ ਕੀ ਨਹੀਂ ਕਰ ਸਕਦੀਆਂ ਉਹ ਸਭ ਕੁਝ ਕਰ ਸਕਦੀਆਂ ਉਹਨਾਂ ਲਈ ਸਭ ਕੁਝ ਸੰਭਵ ਹੈ ਪਰ ਨੀਤੀ ਨੀਤੀ ਹੋਵੇ ਇਹ ਸਭ ਕੁਝ ਬਦਲਿਆ ਜਾ ਸਕਦਾ ਤਾਂ ਇੱਕ ਇੱਕ ਪਲ ਇੱਕ ਇੱਕ ਚੀਜ਼ ਤੁਸੀਂ ਕਵਰ ਤੁਹਾਨੂੰ ਦਿਖਾ ਰਹੇ ਹਾਂ ਉਸ ਵਕਤ ਇਹ ਵੱਡੀ ਗੱਲ ਹੈ ਕਿ ਜੇਕਰ ਇਹ ਜਿਹੇ ਸਟੇਡੀਅਮ ਹਰ ਪਿੰਡ ਦੇ ਵਿੱਚ ਬਣ ਜਾਣ ਹਰ ਜਗ੍ਹਾ ਬਣ ਜਾਣ ਤਾਂ ਨੌਜਵਾਨ ਪੰਜਾਬ ਦਾ ਨਾ ਪੂਰੀ ਦੁਨੀਆ 'ਚ ਰੌਸ਼ਨ ਕਰ ਸਕਦੇ ਆ ਪਰ ਸਾਡੀਆਂ ਸਰਕਾਰਾਂ ਦੀਆਂ ਨੀਤਾਂ ਆਪਣੇ ਹਲਕਿਆਂ ਲਈ ਆਪਣੇ ਪਿੰਡਾਂ ਲਈ ਵੱਖਰੇ ਕੁਝ ਹੈ ਪਰ ਦੂਜੇ ਹਲਕਿਆਂ ਲਈ 117 ਹਲਕੇ ਆ ਤੇ 12000 ਦੇ ਕਰੀਬ ਪਿੰਡ ਹੈ ਇੱਕ ਪਿੰਡ ਦੇ ਵਿੱਚ ਜਿਹਾ ਕੁਝ ਹੈ ਬਾਕੀ ਪਿੰਡਾਂ ਦੇ ਵਿੱਚ ਇਹ ਕਿਉਂ ਨਹੀਂ ਬਾਕੀ ਪਿੰਡਾਂ ਦੇ ਵਿੱਚ ਜਿਹੀਆਂ ਚੀਜ਼ਾਂ ਕਿਉਂ ਨਹੀਂ ਬਾਕੀ ਪਿੰਡਾਂ ਨੇ ਕੀ ਮਾੜਾ ਕੀਤਾ ਕੀ ਬਹੁਤ ਵੋਟਾਂ ਨਹੀਂ ਪਾਈਆਂ ਬਾਦਲ ਸਾਹਿਬ ਨੂੰ ਕਿਉਂ ਨਹੀਂ ਉਹਨਾਂ ਦੇ ਲਈ ਬਣਾਇਆ ਗਿਆ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕਾਂਗਰਸੀ ਸਰਕਾਰ ਹੈ ਤੁਹਾਡੀ ਸਰਕਾਰ ਰਹੀ ਹੈ 10 ਸਾਲ ਅਸੀਂ ਉਹ ਚੀਜ਼ ਦਾ ਸਵਾਲ ਉਠਾ ਰਹੇ ਹਾਂ ਕਿ ਜੇਕਰ ਤੁਸੀਂ ਆਪਣੇ ਪਿੰਡ ਤੇ ਪ੍ਰੈਕਟੀਕਲ ਕਰ ਚੁੱਕੇ ਹੋ ਤਾਂ ਫਿਰ ਬਾਕੀ ਪਿੰਡ ਬਾਕੀ ਹਲਕੇ ਬਾਕੀ ਕਸਬੇ ਉਹਨਾਂ ਨੂੰ ਵਾਂਝਾ ਕਿਉਂ ਰੱਖਿਆ ਹੈ ਬਹੁਤੇ ਬੱਚੇ ਸਾਨੂੰ ਮਿਲਦੇ ਆ ਆਪਣੇ ਸਟੇਡੀਅਮ ਦੀ ਮੰਗ ਨੂੰ ਲੈ ਕੇ 100-100 ਪੱਤਰ ਲਿਖ ਚੁੱਕੇ ਆ ਫੌਜ ਦੀ ਪ੍ਰੈਕਟਿਸ ਕਰਨੀ ਹੁੰਦੀ ਆ ਪੁਲਿਸ ਦੀ ਪ੍ਰੈਕਟਿਸ ਕਰਨੀ ਹੁੰਦੀ ਆ ਜਿਮਨਾਸਟਿਕ ਦੀ ਪ੍ਰੈਕਟਿਸ ਕਰਨੀ ਹੁੰਦੀ ਆ ਕਰੈਕਟ ਖੇਡਣਾ ਹੁੰਦਾ ਬਾਸਕਟਬਾਲ ਖੇਡਣੀ ਹੁੰਦੀ ਆ ਵਾਲੀਬਾਲ ਖੇਡਣੀ ਹੁੰਦੀ ਆ ਉਹ ਵਿਚਾਰੇ ਸਟੇਡੀਅਮ ਨੂੰ ਤਰਸਦੇ ਆ ਲਾਈਟਾਂ ਨੂੰ ਤਰਸਦੇ ਆ ਉਹ ਸਾਰ ਆਉਂਦੇ ਆ ਆਪਣੇ ਹਿੱਸੇ ਦੀ ਜੋ ਉਹਨਾਂ ਕੋਲ 10-20 ਰੁਪਏ 50-50 ਰੁਪਏ ਇਕੱਠੇ ਹੁੰਦੇ ਆ ਉਹਦੇ ਨਾਲ ਉੱਥੇ ਮਾੜਾ ਮੋਟਾ ਖੇਡਣ ਜੋਗਾ ਉਹ ਸਮਾਨ ਖਰੀਦ ਲੈਂਦੇ ਆ ਜਾਂ ਖੇਡਦੇ ਆ ਪਰ ਜੇ ਸਰਕਾਰਾਂ ਦੀ ਨੀਅਤ ਸਿੱਧੀ ਹੋਵੇ ਜੇ ਇੱਕ ਬਾਦਲ ਪਿੰਡ ਇੱਕ ਪਿੰਡ ਦੇ ਵਿੱਚ ਜਿਹਾ ਕੁਝ ਬਣ ਸਕਦਾ ਤਾਂ ਇੱਕ ਹਲਕੇ ਦੇ ਵਿੱਚ ਕਿਉਂ ਨਹੀਂ ਇਹ ਇਹ ਸਮੱਸਿਆਵਾਂ ਗੰਭੀਰ ਹੈ ਆ ਲਾਈਟਾਂ ਤੁਸੀਂ ਦੇਖੋ ਕਿੰਨੀਆਂ-ਕਿੰਨੀਆਂ ਮਰਕਰੀ ਲਾਈਟਾਂ ਤੁਸੀਂ ਆਮ ਤੌਰ ਤੇ ਇਹ ਉਹਨਾਂ ਸਟੇਡੀਅਮਾਂ ਦੇ ਵਿੱਚ ਵੇਖਿਆ ਹੁੰਦੇ ਜਿੱਥੇ ਅੰਤਰਰਾਸ਼ਟਰੀ ਕ੍ਰਿਕਟ ਦੇ ਮੈਚ ਹੁੰਦੇ ਆ ਪਰ ਇਹ ਸਾਡੇ ਸਟੇਡੀਅਮ ਦੇ ਵਿੱਚ ਵੀ ਹੈ ਸਾਡਾ ਸਟੇਡੀਅਮ ਮਤਲਬ ਬਾਦਲ ਸਟੇਡੀਅਮ ਦੇ ਵਿੱਚ ਵੀ ਹੈ ਤਾਂ ਸਰਕਾਰਾਂ ਤੇ ਵਾਰ-ਵਾਰੀ ਗੱਲ ਆਉਂਦੀ ਹੈ ਕਿ ਦੋਗਲਾਪਣਾ ਦੋਗਲਾ ਰਹਿਈਆ ਉਹ ਸਭ ਕੁਝ ਚਾ ਸਕਦੇ ਆ ਸਰਕਾਰੀ ਹੈ ਲੋਕਾਂ ਦਾ ਤਾਂ ਲੋਕਾਂ ਦੇ ਪੈਸੇ ਨਾਲ ਬਣਿਆ ਹੋਇਆ ਪਰ ਲੋਕਾਂ ਦੇ ਪੈਸੇ ਨਾਲ ਬਾਕੀ ਜਗ੍ਹਾ ਕਿਉਂ ਨਹੀਂ ਬਣਾਇਆ ਜਾਂਦਾ ਉੱਥੇ ਕਿਉਂ ਨਹੀਂ ਸਿਰਫ ਆਪਣੇ ਆਪਣੇ ਜਗ੍ਹਾ ਦੇ ਉੱਤੇ ਸਿਰਫ ਆਪਣੀਆਂ ਏਰੀਆ ਦੇ ਵਿੱਚ ਤਾਂ ਬਾਦਲ ਸਾਹਿਬ ਨੂੰ ਸੀ ਕਹਿਣਿਆ ਕਿ ਜਦੋਂ ਹੁਣ ਤੁਸੀਂ ਜਾਣਦੇ ਹੋ ਤਾਂ ਬਾਦਲ ਮਾਡਲ ਹੀ ਕਹਿ ਦਿਆ ਕਰੋ ਕਿ ਅਸੀਂ ਬਾਦਲ ਮਾਡਲ ਅਸੀਂ ਬਾਦਲ ਪਿੰਡ ਦਿਖਾਉਣ ਦਾ ਮਕਸਦ ਇਹ ਨਹੀਂ ਕਿ ਅਸੀਂ ਬਾਦਲ ਸਾਹਿਬ ਦੀ ਕੋਈ ਤਾਰੀਫ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਇਹ ਸਵਾਲ ਕਰ ਰਹੇ ਹਾਂ ਪੰਜ ਵਾਰ ਦੇ ਮੁੱਖ ਮੰਤਰੀਓਂ ਦੋ ਵਾਰ ਲਗਾਤਾਰ ਰਾਜ ਕੀਤਾ ਪਰ ਤੁਸੀਂ ਕੀਤਾ ਕੀ ਹੈ ਤੁਸੀਂ ਕਰ ਕੁਝ ਨਹੀਂ ਸਕੇ ਤੁਸੀਂ ਵਿਖਾਇਆ ਕੁਝ ਨਹੀਂ ਲੋਕਾਂ ਨੂੰ ਤੁਸੀਂ ਲੋਕਾਂ ਦੇ ਲਈ ਕੀਤਾ ਕੱਖ ਨਹੀਂ ਕੀਤਾ ਹੈ ਤਾਂ ਸਿਰਫ ਸਿਰਫ ਗੱਲਾਂ ਕੀਤੀਆਂ ਉਹ ਨਾ ਕਰੋ ਆ ਚੀਜ਼ਾਂ ਤੁਸੀਂ ਲੋਕਾਂ ਨੂੰ ਵੀ ਦਿਓ ਆ ਜਿਹੜੀਆਂ ਤਸਵੀਰਾਂ ਲੋਕ ਦੇਖ ਰਹੇ ਐ ਚਾਹੁੰਦਾ ਪੰਜਾਬ ਦਾ ਹਰ ਇੱਕ ਬੱਚਾ ਪੰਜਾਬ ਦਾ ਹਰ ਇੱਕ ਨੌਜਵਾਨ ਚਾਹੁੰਦਾ ਹੈ ਕਿ ਮੈਂ ਵੀ ਇਹ ਸਟੇਡੀਅਮ ਦੇ ਵਿੱਚ ਖੇਡਾਂ ਮੈਂ ਵੀ ਇਹ ਸਟੇਡੀਅਮ ਦੇ ਜਾਵਾਂ ਜਿੱਥੇ ਜਾ ਕੇ ਮੈਨੂੰ ਸਕੂਨ ਮਿਲੇ ਮੈਂ ਕੁਝ ਦੇਸ਼ ਲਈ ਕਰ ਸਕਾਂ ਤਾਂ ਇਹ ਤਸਵੀਰਾਂ ਬੋਲਦੀਆਂ ਅਸੀਂ ਸਾਡਾ ਦਿਖਾਉਣ ਦਾ ਮਕਸਦ ਇਹੀ ਹੈ ਕਿ ਇੱਕ ਪਾਸੇ ਉਹ ਸਟੇਡੀਅਮ ਜਿਨ੍ਹਾਂ ਦੇ ਵਿੱਚ ਕਾਂ ਬੋਲਦੇ ਆ ਤੇ ਇੱਕ ਪਾਸੇ ਇਹ ਸਟੇਡੀਅਮ ਜਿਨ੍ਹਾਂ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਹੈ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਵਧੀਆ ਤਰੀਕ ਤਕਨੀਕ ਦੀ ਵਿਦੇਸ਼ੀ ਤਕਨੀਕ ਦੀ ਬਣਾਈ ਹੋਈ ਹੈ